ਹਾਂਜੀ, ਸਵਾਗਤ ਆ ਤੁਹਾਡਾ ਖਤਰਾ LSIK YouTube ਚੈਨਲ 'ਤੇ, ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ। ਇਹ ਵੀਡੀਓ ਮੌਸਮ ਵਾਲੀ ਹੈ ਜੀ। 5 ਤੋਂ 8 ਅਪ੍ਰੈਲ ਨੂੰ ਜਿਹੜਾ ਪੰਜਾਬ ਦਾ ਜਿਹੜਾ ਮੌਸਮ ਆ ਫਿਰ ਖਰਾਬ ਹੋ ਰਿਹਾ ਹੈਗਾ, ਜਿਹੜਾ ਕਿ ਕਣਕਾਂ ਲਈ ਆਪਾਂ ਖਰਾਬ ਹੀ ਕਹਿ ਸਕਦੇ ਹਾਂ, ਕਿਉਂਕਿ ਇਹਦੇ ਵਿੱਚ ਤੇਜ਼ ਹਵਾਵਾਂ ਵੀ ਦੱਸੀਆਂ ਜਾ ਰਹੀਆਂ ਬਾਰਿਸ਼ ਦੇ ਨਾਲ ਨਾਲ। 6 ਅਪ੍ਰੈਲ ਤੋਂ ਜਿਹੜੇ ਮੀਂਹ ਦੀ ਸ਼ੁਰੂਆਤ ਹੈ ਜਿਹੜੀ ਹੋ ਸਕਦੀ ਹੈ। 5 ਅਪ੍ਰੈਲ ਨੂੰ ਕੁਝ ਕੁ ਜ਼ਿਲ੍ਹਿਆਂ 'ਚ ਕਣਮਣਕਾਣੀ ਹੋ ਸਕਦੀ ਹੈ, ਵੈਸੇ 5 ਨੂੰ ਜ਼ਿਆਦਾ ਸੰਭਾਵਨਾ ਨਹੀਂ। 6 ਅਪ੍ਰੈਲ ਨੂੰ ਘੱਟ ਸੰਭਾਵਨਾ ਕਿਣਮਣਕਾਣੀ। 7 ਅਪ੍ਰੈਲ ਨੂੰ ਜਿਹੜੀ ਜ਼ਿਆਦਾ ਬਾਰਿਸ਼ ਦਰਮਿਆਨੀ ਹੋ ਸਕਦੀ ਹੈਗੀ, ਅਤੇ ਇਹ ਲਗਭਗ ਪੂਰੇ ਪੰਜਾਬ ਦੇ ਵਿੱਚ, ਹਰਿਆਣਾ, ਰਾਜਸਥਾਨ, ਰਾਜਸਥਾਨ ਦੇ ਵਿੱਚ ਧੂੜ ਭਰੀਆਂ ਹਨੇਰੀਆਂ ਵੀ ਚੱਲ ਸਕਦੀਆਂ ਹਨ, ਅਤੇ ਪੰਜਾਬ ਦੇ ਹਰਿਆਣੇ ਦੇ ਵਿੱਚ ਬਾਰਿਸ਼ ਹੈ ਜਿਹੜੀ ਹੋ ਸਕਦੀ ਹੈ, ਦਰਮਿਆਨੀ ਬਾਰਿਸ਼ ਆਪਾਂ ਕਹਿ ਸਕਦੇ ਹਾਂ ਹੋ ਸਕਦੀ ਹੈ, ਜਿਹੜੀ ਕਿ ਕਣਕਾਂ ਲਈ ਆਪਾਂ ਮੰਨਾਂਗੇ ਵੀ ਹੁਣ ਪੱਕ ਚੁੱਕੀ ਹੈ ਝੋਨੇ ਵਾਲੀ ਕਣਕ ਲਗਭਗ, ਅਤੇ ਹੋਰ ਵੀ ਜਿਹੜੀਆਂ ਪਛੇਤੀਆਂ ਕਣਕਾਂ ਸੀ ਆਲੂ ਵਾਲੀ ਜਾਂ ਨਰਮੇ ਵਾਲੀ, ਉਹ ਕਣਕ ਦਾ ਵੀ ਵੈਸੇ ਨੁਕਸਾਨ ਹੀ ਹੈਗਾ, ਅਤੇ ਕਿਉਂਕਿ ਆਖਰੀ ਪਾਣੀ ਲਾ ਰਹੇ ਕਿਸਾਨ ਵੀਰ ਉਹਨਾਂ ਨੂੰ, ਤਾਂ ਉਹ ਦੇਖ ਕੇ ਆਪਣਾ ਲਾਉਣ, ਕਿਉਂਕਿ 7 ਅਪ੍ਰੈਲ ਨੂੰ ਜਿਹੜੀ ਮੀਂਹ ਦੀ ਸੰਭਾਵਨਾ ਬਣ ਰਹੀ ਹੈ, ਅਤੇ ਪਾਣੀ ਵਗੈਰਾ ਦੇਖ ਕੇ ਲਾਉਣ, ਕਣਕ ਦਾ ਨੁਕਸਾਨ ਹੀ ਹੈ। ਅੱਗੇ ਵੀ 13 ਤੋਂ 15 ਅਪ੍ਰੈਲ ਇੱਕ ਮੀਂਹ ਦੀ ਸੰਭਾਵਨਾ ਹੋਰ ਹੈ ਜਿਹੜੀ ਬਣ ਸਕਦੀ ਹੈ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ, ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ। ਹੋਰ ਵੀ ਬਹੁਤ ਸਾਰੀਆਂ ਕਿਸਾਨਾਂ ਨਾਲ ਸੰਬੰਧਿਤ ਕੰਮ ਦੀਆਂ ਵੀਡੀਓਸ ਇਸ ਚੈਨਲ 'ਤੇ ਮੌਜੂਦ ਹੈ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।